ਕੀ ਫਤਿਹ ਸਾਧ ਸੰਗਤ ਜੀ ਮੈਂ ਆਪ ਜੀ ਦੀਆਂ ਸਭ ਦੀਆਂ ਇੱਕ ਵਾਰ ਫਿਰ ਬਿਰਤੀਆਂ ਉਸ ਸਮੇਂ ਵਿੱਚ ਲੈ ਜਾਵਾਂ ਜਿੱਥੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ ਅਤੇ ਸਰਸਾ ਨਦੀ ਦੇ ਕਿਨਾਰੇ ਬੈਠ ਕੇ ਕੁਝ ਸਿੰਘਾਂ ਨਾਲ ਅਤੇ ਆਪਣੇ ਪਰਿਵਾਰ ਨਾਲ ਕੀਰਤਨ ਦੀ ਹਾਜ਼ਰੀ ਅਤੇ ਨਿਤਨੇਮ ਕਰ ਰਹੇ ਹਨ ਉਹੀ ਸੀਨ ਇਹ ਬੱਚੇ ਆਪਣੇ ਕੀਰਤਨ ਰਾਹੀਂ ਉਸ ਸੀਨ ਦੀ ਝਲਕਦੇ ਰਹੇ ਹਨ ਹੁਣ ਕੀਰਤਨ ਕਰਨਗੇ ਮੇਰੇ ਭੈਣ ਜਸਮੀਨ ਕੌਰ ਅਤੇ ਜਸਮਿੰਦਰ ਕੌਰ ਆਓ ਬੜੇ ਧਿਆਨ ਨਾਲ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Hey!
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਮੇਰੇ ਭੈਣ ਜੀ ਜਸਮੀਨ ਕੌਰ ਅਤੇ ਜਸਮਿੰਦਰ ਕੌਰ ਹੁਣ ਮੈਂ ਬੇਨਤੀ ਕਰਾਂਗੀ ਵੀਰ ਪ੍ਰਣਵਤ ਸਿੰਘ ਅਤੇ ਪ੍ਰਨੀਤ ਕੌਰ ਨੂੰ ਕਿ ਉਹ ਆ ਕੇ ਸ਼ਬਦ ਦੀ ਹਾਜ਼ਰੀ ਭਰਨ ਇਸ ਤੋਂ ਬਾਅਦ ਮੇਰੇ ਭੈਣ ਨਵਪ੍ਰੀਤ ਕੌਰ ਕਵਿਤਾ ਪੇਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Bye.
ਤੇ ਮੇਰੇ ਵੀਰ ਪ੍ਰਣਤ ਸਿੰਘ ਹੁਣ ਮੈਂ ਫੇਰ ਇੱਕ ਵਾਰ ਬਿਰਤੀਆਂ ਉੱਥੇ ਲੈ ਜਾਵਾਂ ਸਰਸਾ ਨਦੀ ਦੇ ਕਿਨਾਰੇ ਤੇ ਜਦੋਂ ਗੁਰੂ ਪਾਤਸ਼ਾਹ ਨੇ ਹੁਣ ਨਿਤਨੇਮ ਅਤੇ ਕੀਰਤਨ ਦੀ ਹਾਜ਼ਰੀ ਭਰ ਲਈ ਹੈ ਹੁਣ ਇਸੇ ਜਗ੍ਹਾ ਤੋਂ ਗੁਰੂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਉਹ ਸੀਨ ਕਵਿਤਾ ਰਾਹੀਂ ਪੇਸ਼ ਕਰ ਰਹੀ ਹਨ ਮੇਰੇ ਭੈਣ ਜੀ ਨਵਪ੍ਰੀਤ ਕੌਰ ਇੱਕ ਸਮਾਂ ਸੀ ਜੋ ਸਹਿ ਲਿਆ ਇੱਕ ਜ਼ਹਿਰ ਸੀ ਜੋ ਪੀ ਲਿਆ ਮੇਰੇ ਭੈਣ ਨਵਪ੍ਰੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮਾਂ ਸੀ ਜੋ ਸਹਿ ਲਿਆ ਇੱਕ ਜ਼ਹਿਰ ਸੀ ਜੋ ਪੀ ਲਿਆ ਮੁਗਲਾਂ ਕਿਲੇ ਨੂੰ ਘੇਰਾ ਪਾਇਆ ਏ ਸਿੰਘਾਂ ਫਿਰ ਵੀ ਸ਼ੁਕਰ ਮਨਾਇਆ ਏ ਆਨੰਦਪੁਰ ਦੇ ਕਿਲੇ ਨੂੰ ਛੱਡਿਆ ਏ ਸਿੰਘਾਂ ਆਪਣਾ ਰਸਤਾ ਦੱਬਿਆ ਏ ਕੰਡਾ ਸਰਸਾ ਦਾ ਇੱਕ ਆਇਆ ਏ ਪਰਿਵਾਰ ਗੁਰਾਂ ਦਾ ਉਸ ਵੰਡਾਇਆ ਏ ਦੋ ਚਮਕੌਰ ਗੜੀ ਨੂੰ ਤੁਰ ਪਏ ਨੇ ਛੋਟੇ ਮਾਤਾ ਜੀ ਨਾਲ ਜੁੜ ਗਏ ਨੇ ਮਾਤਾ ਸਾਹਿਬ ਕੌਰ ਤੇ ਜੀਤੋ ਜੀ ਪਰ ਮਨੀ ਸਿੰਘ ਨਾਲ ਤੁਰ ਗਏ ਨੇ ਉਹਨਾਂ ਦਿਲ ਚੱਲੇ ਪਾਏ ਨੇ ਕਸ਼ਟ ਰਸਤੇ 'ਚ ਕਈ ਉਠਾਏ ਨੇ ਇੱਕ ਸਮਾਂ ਸੀ ਜੋ ਸਹਿ ਲਿਆ ਇੱਕ ਜ਼ਹਿਰ ਸੀ ਜੋ ਪੀ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਕੁਝ ਸਿੰਘਾਂ ਨਾਲ ਦਿੱਲੀ ਨੂੰ ਤੁਰ ਪਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਉਸ ਦੇ ਪਿੰਡ ਸਹੇੜੀ ਨੂੰ ਚਲੇ ਗਏ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘ ਚਮਕੌਰ ਦੀ ਗੜੀ ਜਾ ਮਿਲਦੇ ਹਨ ਅਜੀ 10,000 ਫੌਜ ਨੇ ਗੜੀ ਨੂੰ ਆ ਘੇਰਾ ਪਾ ਲਿਆ ਜੋ ਕਿ ਕਵਿਤਾ ਰਾਹੀਂ ਪੇਸ਼ ਕਰ ਰਹੇ ਹਨ ਮੇਰੇ ਭੈਣ ਕਮਲਜੀਤ ਕੌਰ ਵੈਰੀਆਂ ਦਾ ਦਲ ਲੱਥਾ ਆਣ ਚਮਕੌਰ ਵਿੱਚ ਮੇਰੇ ਭੈਣ ਕਮਲਜੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੀਆਂ ਦਾ ਦਲ ਲੱਥਾ ਆਣ ਚਮਕਾਰ ਵਿੱਚ 10,00,000 ਚੜ ਆਇਆ ਸਿੱਖੀ ਦੇ ਮਿਟਾਉਣ ਨੂੰ ਵੈਰੀਆਂ ਦਾ ਦਲ ਲੱਥਾ ਆਣ ਚਮਕਾਰ ਵਿੱਚ 10,00,000 ਚੜ ਆਇਆ ਸਿੱਖੀ ਦੇ ਮਿਟਾਉਣ ਨੂੰ ਗਜ਼ਦੇ ਨੇ ਗਾਜ਼ੀ ਅਲੀ ਅਲੀ ਕੇ ਮੈਦਾਨ ਵਿੱਚ ਗਾਨੀ ਹੱਥੀ ਬੱਧੇ ਨੇ ਸ਼ਹੀਦੀਆਂ ਦੇ ਪਾਉਣ ਨੂੰ ਮਾਰਦੇ ਨੇ ਨਾਰੇ ਸੁੱਤੀ ਮੌਤ ਜਗਾਉਣ ਨੂੰ ਸੀਤਲ ਅਨੋਖਾ ਕੋਲ ਹੋ ਚਮਕੌਰ ਵਿੱਚ 40,00,000 10,00,000 ਨਾਲ ਟਕਰਾਉਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ ਕੁਝ ਕਹਿ ਰਹੇ ਹਨ ਕੀ ਕਹਿੰਦੇ ਹਨ ਆਓ ਕਵਿਤਾ ਰਾਹੀਂ ਸਰਵਣ ਕਰਦੇ ਹਾਂ ਵੀਰ ਜਵਰਾਜ ਸਿੰਘ ਤੋਂ ਬੋਲੇ ਫੇਰ ਦਸ਼ਮੇਸ਼ ਜੀ ਖੰਡਾ ਖੜਕਾ ਕੇ ਵੀਰ ਜਵਰਾਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਸ਼ਕਾ ਕੇ 10,00,000 ਵੈੜੀ ਪਾ ਲਿਆ ਹੈ ਘੇਰਾ ਆ ਕੇ ਮੈਂ ਤਪਨਾ ਹੈ ਬਹੁਤ ਉਸਤਾਨ ਦਾ ਅੱਜ ਇਉਂ ਅਜ਼ਮਾ ਕੇ ਰੱਜ ਦਾ ਖੰਡਾ ਕਿਸੇ ਦਾ ਸਹਿ ਕਿਤਨੇ ਲਾ ਕੇ ਮੈਂ ਸਮਝਾਂਗਾ ਸਿੱਖ ਉਸ ਨੂੰ ਜੋ ਰਣ ਵਿੱਚ ਜਾ ਕੇ ਅੱਜ 1,25,000 ਨਾਲ ਲੜੇਗਾ ਕੱਲਾ ਇੱਕ ਡਾ ਕੇ ਮੈਂ ਜੋ ਰਾਹ ਆਪਣੇ ਵਿੱਚ ਢੇਰੀਆਂ ਲੋਥਾਂ ਦੀਆਂ ਲਾ ਕੇ ਫਿਰ ਡਿੱਗੂ ਦੁਸ਼ਮਣ ਦਲਾਂ ਵਿੱਚ ਸੌ ਕਾਨੀ ਖਾ ਕੇ ਮੈਂ ਆਇਆ ਪਰ ਅਕਾਲ ਤੋਂ ਇਹ ਆਗਿਆ ਪਾ ਕੇ ਹੈ ਜਿੰਦਾ ਰੱਖਣਾ ਪੰਥ ਨੂੰ ਪੁੱਤ ਪੇਚ ਚ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਸਾਹਿਬ ਨੇ ਜਦ ਸਿੰਘਾਂ ਨੂੰ ਕਿਹਾ ਕਿ ਅੱਜ ਚਾਲੀਆਂ ਨੇ 10,00,000 ਦਾ ਟਾਕਰਾ ਨਹੀਂ ਕਰਨਾ ਬਲਕਿ ਇਕੱਲੇ ਨੇ ਲੱਖਾਂ ਦਾ ਟਾਕਰਾ ਕਰਨਾ ਹੈ ਇਹ ਸੁਣ ਕੇ ਸਿੰਘਾਂ ਦੇ ਹੱਥ ਕਿਰਪਾਨਾਂ ਦੀਆਂ ਮੁੱਠਾਂ ਉੱਤੇ ਚਲੇ ਗਏ ਜੋ ਕਵਿਤਾ ਰਾਹੀਂ ਪੇਸ਼ ਕਰ ਰਹੇ ਹਨ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਇਹ ਸੁਣ ਕੇ ਬਚਨ ਹਜ਼ੂਰ ਦੇ ਸਿੰਘ ਬੇਨਤੀ ਕਰਦੇ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੁਣ ਕੇ ਬਚਨ ਹਜ਼ੂਰ ਦੇ ਸਿੰਘ ਬੇਨਤੀ ਕਰਦੇ ਇਹ ਸੁਣ ਕੇ ਬਚਨ ਹਜ਼ੂਰ ਦੇ ਸਿੰਘ ਬੇਨਤੀ ਕਰਦੇ ਤੇ ਹੱਥ ਬਨ ਚਾਲੀ ਸੁਰਮੇ ਸੇ ਚੈਨ ਕਰਦੇ ਜੋ ਜਨਮੇ ਖੰਡੇ ਤਾਰ ਚੋਂ ਕਦਮਾਂ ਤੋਂ ਡਰਦੇ ਜਿੰਨਾ ਦਿਲ ਦਿੱਤੇ ਇਨਕਾਰ ਨਾ ਸਿਰ ਦੀਨੋਂ ਤਰਦੇ ਜੋ ਸੜਨ ਪਤੰਗੇ ਲਾਟ ਤੇ ਨਾ ਹੋਂਕੇ ਭਰਦੇ ਇਹ ਤੱਕਿਆ ਲਾੜੀ ਮੌਤ ਨੂੰ ਸਿੰਘ ਹੱਸ ਹੱਸ ਵੱਜਦੇ ਜੋ ਆਸ਼ਕ ਕੌਮੀ ਅਣਖ ਦੇ ਸਾਸੀਨੇ ਡਰਦੇ ਉਹ ਖੂਨੀ ਲਹਿ ਵਿੱਚ ਸੀਤਲ ਤੇ ਗਾਂਦੇ ਤਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਵਜੀਰ ਖਾਨ ਦੀ ਫੌਜ ਨੇ ਗੜੀ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ ਜੋ ਮੇਰੇ ਭੈਣ ਜੀ ਜਸਮਿੰਦਰ ਕੌਰ ਕਵਿਤਾ ਰਾਹੀਂ ਪੇਸ਼ ਕਰ ਰਹੇ ਹਨ। ਹੱਲਾ ਬੋਲਿਆ ਵਜ਼ੀਰ ਖਾਨ ਦੀ ਫੌਜ ਨੇ ਮੇਰੇ ਭੈਣ ਜਸਮਿੰਦਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੱਲਾ ਬੋਲਿਆ ਵਜ਼ੀਰ ਖਾਨ ਦੀ ਫੌਜ ਨੇ ਨਾਰੇ ਅਲੀ ਦੇ ਚਪੇਰਿਓ ਮਾਰ। ਹੱਲਾ ਬੋਲਿਆ ਵਜ਼ੀਰ ਖਾਨ ਦੀ ਫੌਜ ਨੇ ਨਾਰੇ ਅਲੀ ਦੇ ਚਪੇਰਿਓ ਮਾਰ। ਤੋਪਾ ਚੱਲੀਆਂ ਤਾਂ ਹਿੱਲ ਗਈ ਧਰਤੀ ਬਦਲ ਗੱਜ ਦੇ ਜੋ ਸੌਣ ਦੀ ਬਹਾਰ। ਅੱਗੇ ਤੇਗ ਦਸ਼ਮੇਸ਼ ਦੀ ਲਿਸ਼ਕ ਦੀ ਕਾਲੀ ਕਟਾ ਤੇ ਜੋ ਬਿਜਲੀ ਦੀ ਧਾਰ ਛੱਡ ਖਾਸੇ ਜਕਾਰੇ ਜੋਰ ਦੀ ਛੱਡੇ ਖਾਲਸੇ ਜਕਾਰੇ ਜੋਰ ਦੀ ਅਤੇ ਸਾਹਮਲੇ ਹੱਥੀ ਹਥਿਆਰ ਤੀਰ ਗੋਲੀਆਂ ਗੜੀ ਚੋਂ ਇਹ ਚੱਲਦੇ ਬਰਸਨ ਅੰਬਰੋਂ ਜਿਵੇਂ ਅੰਗਿਆਰ ਗਾਜ਼ੀ ਦਾਣਿਆਂ ਦੇ ਵਾਂਗ ਭਾਉ ਪੁੱਜਦੇ ਜਿਵੇਂ ਲਾਟ ਉੱਤੇ ਭਾਂਬੜਾ ਦੀ ਤਾਰ। ਜਦੋਂ ਮੋਰਲੀਆਂ ਪਾਲਾਂ ਭਾਉ ਲੇਟੀਆਂ ਪਿੱਛੇ ਮੱਚ ਗਈ ਹਾਰ ਪੁਕਾਰ ਵਿੱਚ ਡਟ ਕੇ ਮੈਦਾਨ ਦੇ ਸੀਤਲਾ ਔਖਾ ਖਾਲਸੇ ਦਾ ਚੱਲਣਾ ਵਾਰ ਔਖਾ ਖਾਲਸੇ ਦਾ ਚੱਲਣਾ ਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੁਣ ਕੇ ਫਿਰ ਅਗੋਂ ਸਿੰਘਾਂ ਨੇ ਕਿਹੜੀ ਘੱਟ ਗੁਜ਼ਾਰਨੀ ਸੀ, ਉਹਨਾਂ ਗੜੀ ਅੰਦਰੋਂ ਹੀ ਗੋਲੀਆਂ ਅਤੇ ਤੀਰਾਂ ਦੀ ਬਸ਼ਾੜ ਕਰ ਦਿੱਤੀ। ਮੁਸਲਮਾਨ ਜਰਨੈਲ ਜੋ ਸਮਝਦਾ ਸੀ ਕਿ ਗੜੀ ਅੰਦਰ ਤਾਂ ਕੁਝ ਕੁ ਸਿੰਘ ਬੈਠੇ ਹਨ, ਇਹ ਦੇਖ ਕੇ ਪੂਰੀ ਤਰ੍ਹਾਂ ਘਬਰਾ ਗਿਆ। ਫਿਰ ਵਜ਼ੀਰ ਖਾਨ ਨੇ ਨਾਹਰ ਖਾਨ ਅਤੇ ਗੜੀ ਖਾਨ ਨੂੰ ਵੰਗਾਰ ਕੇ ਉਹਨਾਂ ਦੇ ਗੁੱਸੇ ਨੂੰ ਭੜਕਾਇਆ ਅਤੇ ਉਹ ਦੋਨੋਂ ਹੀ ਗੁਰੂ ਸਾਹਿਬ ਨੂੰ ਜ਼ਿੰਦਾ ਫੜਨ ਲਈ ਤਿਆਰ ਹੋ ਗਏ, ਜੋ ਕਿ ਕਵਿਤਾ ਰਾਹੀਂ ਪੇਸ਼ ਕਰ ਰਹੇ ਹਨ ਮੇਰੇ ਭੈਣ ਹਰਨੂਰ ਕੌਰ। ਨਾਹਰ ਖਾਨ ਤੇ ਗੜੀ ਖਾਨ ਦੋਵੇਂ ਹੰਕਾਰੇ। ਮੇਰੇ ਭੈਣ ਹਰਨੂਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਹਰ ਖਾਂ ਤੇ ਗਨੀ ਖਾਂ ਦੋਵੇਂ ਹੰਕਾਰੀ। ਨਾਹਰ ਖਾਂ ਤੇ ਗਨੀ ਖਾਂ ਦੋਵੇਂ ਹੰਕਾਰੀ। ਹੱਥੀ ਫੜਨਾ ਗੁਰੂ ਨੂੰ ਉਹਨਾਂ ਦਿਲ ਵਿੱਚ ਧਾਰੀ। ਅੱਗੇ ਲੱਗੇ ਆਪ ਉਹ ਅੱਗੇ ਲੱਗੇ ਆਪ ਉਹ ਪਿੱਛੇ ਸੈਨਾ ਸਾਰੀ। ਵਧੇ ਗਰੀਬ ਵਾਲ ਜੋਸ਼ ਨਾਲ ਖਾ ਕਸਮਾਂ ਭਾਰੀ। ਚੜ੍ਹਨ ਲੱਗੇ ਲਾ ਪੌੜੀਆਂ ਚੜ੍ਹਨ ਲੱਗੇ ਲਾ ਪੌੜੀਆਂ ਉਹ ਚਾਰ ਦੁਆਰੀ। ਸਰੀਆਂ ਕੱਢ ਬਨੇਰਿਓ ਸਭ ਵਾਰੋ ਵਾਰੀ। ਤੱਕਣ ਬੈਠੇ ਸ਼ੇਰ ਵੱਲ ਤੱਕਣ ਬੈਠੇ ਸ਼ੇਰ ਵੱਲ ਅਨਜਾਨ ਸ਼ਿਕਾਰੀ। ਹੱਸੇ ਮੇਰੇ ਪਾਤਸ਼ਾਹ ਤਕਲੀਲਾ ਸਾਰੀ। ਹੱਸੇ ਮੇਰੇ ਪਾਤਸ਼ਾਹ ਤਕਲੀਲਾ ਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੂੰ ਫੜਨ ਲਈ ਉਹਨਾਂ ਅਜੇ ਕੰਨ ਤੋਂ ਸਿਰ ਉੱਚੇ ਚੱਕੇ ਹੀ ਸਨ ਕਿ ਹਜ਼ੂਰ ਨੇ ਅੱਗੋਂ ਇਉਂ ਲਲਕਾਰਿਆ, ਨਾਹਰ ਖਾਨ ਜ਼ਰਾ ਸੰਭਾਲ ਕੇ ਦੇਖੀ ਤੀਰ ਆ ਰਿਹਾ ਹੈ। ਇਸੇ ਸੀਨ ਨੂੰ ਕਵਿਤਾ ਰਾਹੀਂ ਪੇਸ਼ ਕਰ ਰਹੇ ਹਨ ਮੇਰੇ ਭੈਣ ਜਸਮੀਨ ਕੌਰ। ਉੱਚਾ ਹੋਇਆ ਜਬ ਬਨੇਰਿਓ ਨਾਹਰ ਖਾਨ ਮੇਰੇ ਭੈਣ ਜਸਮੀਨ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਚਾ ਹੋਇਆ ਜਾ ਬਨੇਰਿਓ ਨਾਰ ਖਾਂ ਉੱਚਾ ਹੋਇਆ ਜਾ ਬਨੇਰਿਓ ਨਾਰ ਖਾਂ। ਝੱਟ ਲਿਆ ਬੱਜ ਵਾਲੇ ਨਿੱਤ ਕਾ ਝੱਟ ਲਿਆ ਬੱਜ ਵਾਲੇ ਨਿੱਤ ਕਾ। ਜਿਹੜਾ ਪੈਂਦਾ ਸੀ ਉਛਲ ਉਛਲ ਪੱਥਿਓ ਜਿਹੜਾ ਪੈਂਦਾ ਸੀ ਉਛਲ ਉਛਲ ਪੱਥਿਓ ਓਹਾ ਤੀਰ ਲਿਆ ਤਨ ਖਚੜਾ ਓਹਾ ਤੀਰ ਲਿਆ ਤਨ ਖਚੜਾ। ਸਾਵਧਾਨ ਹੋ ਜਾ ਨਾਰ ਖਾਂ ਆ ਕੇ ਸਾਵਧਾਨ ਹੋ ਜਾ ਨਾਰ ਖਾਂ ਆ ਕੇ। ਦਿੱਤਾ ਗੁਰੂ ਜੀ ਨੇ ਖਿੱਚ ਖਿੱਚ ਲਾ ਦਿੱਤਾ ਗੁਰੂ ਜੀ ਨੇ ਖਿੱਚ ਖਿੱਚ ਲਾ।
ਇਹਨਾਂ ਜਾਂਦੇ ਦੀ ਸੁਨਹਿਰੀ ਮੁਕੇ ਜਾਪਦੀ ਇਹਨਾਂ ਜਾਂਦੇ ਦੀ ਸੁਨਹਿਰੀ ਮੁਕੇ ਜਾਪਦੀ ਇਹ ਨਾਗਣ ਅੰਗਿਆਰ ਪਰਸਾ ਇਹ ਨਾਗਣ ਅੰਗਿਆਰ ਪਰਸਾ ਲੱਗਾ ਜਾਇ ਕੇ ਕਲੇਜ ਨਾ ਖਾਂਦੇ ਲੱਗਾ ਜਾਇ ਕੇ ਕਲੇਜ ਨਾ ਖਾਂਦੇ ਦਿੱਤਾ ਅਗਲੇ ਜਹਾਂ।